ਤੇਜ਼ ਗਰਮੀ ਦੇ ਨਾਲ ਅਕਸਰ ਜੋ ਹੈ ਕਈਆਂ ਨੂੰ ਕਈ ਵਾਰੀ ਪੇਟ ਖਰਾਬ, ਦਸਤ, ਲੂਜ਼ ਮੋਸ਼ਨ ਦੀ ਪ੍ਰੋਬਲਮ ਹੋ ਜਾਂਦੀ ਹੈ, ਨਾਲ ਉਲਟੀ ਦੀ ਪ੍ਰੋਬਲਮ ਹੋ ਜਾਂਦੀ ਹੈ। ਸੋ ਅਜਿਹਾ ਘਰ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਕੀ ਘਰੇਲੂ ਨੁਸਖੇ ਅਪਣਾ ਸਕਦੇ ਹਾਂ, ਜਾਂ ਖਾਣ ਪੀਣ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੀ ਗਰਮੀ ਲੱਗ ਗਈ ਹੈ ਲੂ ਦੇ ਨਾਲ, ਜਾਂ ਅਸੀਂ ਕਹੀਏ ਤੇਜ਼ ਧੁੱਪ ਵਿੱਚ ਕਈ ਵਾਰ ਬਾਹਰ ਜਾਣਾ ਪੈਂਦਾ, ਸਰੀਰ ਨੂੰ ਇੰਨੀ ਜ਼ਿਆਦਾ ਗਰਮੀ ਲੱਗ ਜਾਂਦੀ ਹੈ ਜਿਸ ਕਰਕੇ ਸਾਡਾ ਡਾਈਜੈਸ਼ਨ ਜੋ ਹੈ ਸਭ ਤੋਂ ਪਹਿਲਾਂ ਵਿਗੜ ਜਾਂਦਾ ਹੈ, ਹਾਜ਼ਮਾ ਜੋ ਹੈ ਵਿਗੜ ਜਾਂਦਾ ਹੈ। ਤਾਂ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਇਹੀ ਦੱਸਣ ਜਾ ਰਹੀ ਹਾਂ ਕਿ ਖਾਣ ਪੀਣ ਦੇ ਵਿੱਚ ਤੁਸੀਂ ਕਿਹੜੀ ਗੱਲਾਂ ਦਾ ਧਿਆਨ ਰੱਖੋ ਜਿਸ ਦੇ ਵਿੱਚ ਲੂਜ਼ ਮੋਸ਼ਨ, ਆਪਾਂ ਪੇਟ ਖਰਾਬ ਦੀ ਗੱਲ ਕਰੀਏ, ਉਲਟੀ ਵਰਗਾ ਹੋ ਰਿਹਾ ਜਾਂ ਉਲਟੀ ਹੋ ਰਹੀ ਹੈ, ਡਾਇਰੀਆ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਕਿਹੜੀ ਗੱਲਾਂ ਦਾ ਧਿਆਨ ਤੁਹਾਨੂੰ ਜ਼ਰੂਰ ਰੱਖਣਾ ਚਾਹੀਦਾ ਉਸ ਦੇ ਵਿੱਚ, ਚਾਹੇ ਕਿ ਇੱਥੇ ਆਪਾਂ ਬੱਚਿਆਂ ਦੀ ਗੱਲ ਕਰ ਲਈਏ, ਵੱਡੇ ਬਜ਼ੁਰਗਾਂ ਦੀ ਗੱਲ ਕਰ ਲਈਏ, ਸਭ ਨੂੰ ਹੀ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਦੇਖੋ ਗਰਮੀਆਂ ਦੇ ਵਿੱਚ ਅਸੀਂ ਆਪਣਾ ਬਾਹਰ ਕਿਤੇ ਵੀ ਜਾਈਏ ਸਾਫ ਸੁਥਰਾ ਖਾਣ ਪੀਣ ਦਾ ਧਿਆਨ ਜ਼ਰੂਰ ਰੱਖਣਾ ਹੈ, ਕਿਉਂਕਿ ਜਦੋਂ ਅਸੀਂ ਕਿਤੇ ਅਨਹਾਈਜੀਨਿਕ ਚੀਜ਼ ਖਾ ਲੈਂਦੇ ਹਾਂ ਤਾਂ ਪੇਟ ਦੇ ਵਿੱਚ ਜੋ ਹੈ ਬੈਕਟੀਰੀਆ ਹੋ ਜਾਂਦਾ ਹੈ, ਜਿਸਦੇ ਕਰਕੇ ਡਾਈਜੈਸ਼ਨ ਸਭ ਤੋਂ ਪਹਿਲਾਂ ਵਿਗੜ ਜਾਂਦਾ। ਚਾਹੇ ਆਪਾਂ ਪਾਣੀ ਪੀ ਰਹੇ ਹਾਂ, ਚਾਹੇ ਆਪਾਂ ਖਾਣ ਦੀ ਕੋਈ ਚੀਜ਼ ਲੈਣੀ ਹੈ, ਤਾਂ ਜ਼ਰੂਰ ਦੇਖੋ ਜਿੱਥੋਂ ਤੁਸੀਂ ਚੀਜ਼ ਖਰੀਦ ਰਹੇ ਹੋ ਸਾਫ ਸੁਥਰੀ ਜਗ੍ਹਾ ਹੋਵੇ, ਕੋਈ ਬਹੀ ਚੀਜ਼, ਪੁਰਾਣੀ ਚੀਜ਼ ਤੁਸੀਂ ਨਾ ਖਾਓ ਤਾਂ ਕਿ ਇਹ ਪ੍ਰੋਬਲਮ ਹੋਵੇ ਹੀ ਨਾ। ਪਰ ਜੇ ਹੋ ਗਈ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਧਿਆਨ ਇਹ ਦੇਣਾ ਹੈ ਕਿ ਹਲਕਾ ਭੋਜਨ ਖਾਣਾ ਹੈ ਜਿੰਨਾ ਚਿਰ ਤੁਹਾਨੂੰ ਇਹ ਪ੍ਰੋਬਲਮ ਚੱਲ ਰਹੀ ਹੈ। ਹਲਕੇ ਭੋਜਨ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਹੈ ਜੀ ਖਿਚੜੀ, ਮੂੰਗੀ ਦਾਲ ਅਤੇ ਚੌਲਾਂ ਨੂੰ ਮਿਲਾ ਕੇ ਜਿਹੜੀ ਇਹ ਖਿਚੜੀ ਬਣਾਈ ਜਾਂਦੀ ਹੈ। ਇਸ ਦੇ ਅਨੇਕਾਂ ਹੀ ਫਾਇਦੇ ਨੇ, ਇਸ ਨੂੰ ਲੈ ਕੇ ਇੱਕ ਅਲੱਗ ਤੋਂ ਵੀਡੀਓ ਤੇ ਜ਼ਰੂਰ ਬਣਾਉਂਗੀ। ਪਰ ਅੱਜ ਜਦੋਂ ਆਪਾਂ ਹੁਣ ਫਿਲਹਾਲ ਗੱਲ ਕਰ ਰਹੇ ਹਾਂ ਡਾਇਰੀਆ ਦੀ, ਯਾਨੀ ਕਿ ਦਸਤ, ਲੂਜ਼ ਮੋਸ਼ਨ, ਉਲਟੀ, ਅਗਰ ਅਜਿਹੀ ਪ੍ਰੋਬਲਮ ਚੱਲ ਰਹੀ ਹੈ ਤਾਂ ਖਾਣੇ ਦੇ ਵਿੱਚ ਜੋ ਹੈ ਮੂੰਗੀ ਦਾਲ ਔਰ ਚੌਲਾਂ ਦੀ ਖਿਚੜੀ ਜਿਹੜੀ ਹੈ ਬਣਾ ਕੇ ਖਾਣੀ ਚਾਹੀਦੀ ਹੈ। ਹਲਕਾ ਭੋਜਨ ਹੈ ਔਰ ਨਾਲ ਦੀ ਨਾਲ ਤੁਸੀਂ ਇਸ ਖਿਚੜੀ ਦੇ ਨਾਲ ਦਹੀਂ ਵੀ ਲੈ ਸਕਦੇ ਹੋ ਤਾਂ ਕਿ ਡਾਈਜੈਸ਼ਨ ਤੁਹਾਡਾ ਬਹੁਤ ਅੱਛਾ ਹੋ ਸਕੇ। ਖਿਚੜੀ ਤੋਂ ਫਾਈਬਰ ਵੀ ਮਿਲਦਾ ਹੈ ਔਰ ਜਿਹੜੀ ਮੂੰਗੀ ਦੀ ਦਾਲ ਹੈ ਇਸ ਤੋਂ ਤੁਹਾਨੂੰ ਪ੍ਰੋਟੀਨ ਵੀ ਮਿਲ ਜਾਏਗਾ। ਪਤਲੀ ਜਿਹੀ ਖਿਚੜੀ ਬਣਾ ਕੇ ਤੁਸੀਂ ਖਾਓਗੇ ਤਾਂ ਇਸਦੇ ਨਾਲ ਫਾਈਬਰ, ਪ੍ਰੋਟੀਨ ਮਿਲ ਰਿਹਾ, ਯਾਨੀ ਤੁਹਾਡੇ ਨਿਊਟ੍ਰੀਸ਼ਨ ਜੋ ਹੈ ਬੋਡੀ ਵਿੱਚੋਂ ਘੱਟ ਨਹੀਂ ਪਾਣਗੇ ਔਰ ਨਾਲ ਦੀ ਨਾਲ ਇਸਨੂੰ ਡਾਈਜੈਸਟ ਕਰਨਾ ਵੀ ਬੋਡੀ ਦੇ ਲਈ ਬਹੁਤ ਆਸਾਨ ਰਹਿੰਦਾ ਹੈ। ਅਗਲੀ ਆਪਾਂ ਗੱਲ ਕਰੀਏ ਜਦੋਂ ਪੇਟ ਖਰਾਬ, ਦਸਤ, ਲੂਜ਼ ਮੋਸ਼ਨ ਜਾਂ ਉਲਟੀ ਵਰਗਾ ਹੁੰਦਾ ਹੈ ਤਾਂ ਉਸਦੇ ਵਿੱਚ ਕੀ ਹੁੰਦਾ ਹੈ ਕਿ ਆਪਣਾ ਪਾਣੀ ਜੋ ਹੈ ਸਰੀਰ ਦਾ ਘਟਣਾ ਸ਼ੁਰੂ ਹੋ ਜਾਂਦਾ ਹੈ, ਡੀਹਾਈਡਰੇਸ਼ਨ ਦੀ ਪ੍ਰੋਬਲਮ ਹੋਣ ਲੱਗਦੀ ਹੈ। ਸੋ ਬੋਡੀ ਵਿੱਚ ਗਰਮੀ ਦੇਖੋ ਜਦ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਉਸਦੇ ਨਾਲ ਸਾਡੀ ਬੋਡੀ ਵਿੱਚ ਪਾਣੀ ਬਿਲਕੁਲ ਵੀ ਘਟਣਾ ਨਹੀਂ ਚਾਹੀਦਾ ਹੈ, ਤਾਂ ਉਸਦੇ ਲਈ ਤੁਸੀਂ ਨਮਕ ਅਤੇ ਚੀਨੀ ਦਾ ਮਿਸ਼ਰਣ ਬਣਾ ਕੇ ਪੀ ਸਕਦੇ ਹੋ, ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਹ ਇੱਕ ਤਰ੍ਹਾਂ ਦਾ ਇਲੈਕਟ੍ਰੋਲਾਈਟ ਹੁੰਦਾ ਹੈ ਜਿਸਦੇ ਨਾਲ ਸਾਡੀ ਬੋਡੀ ਦੇ ਕਈ ਖਣਿਜ ਜੋ ਹੈ ਪੂਰੇ ਹੋ ਜਾਂਦੇ ਨੇ, ਕਿਉਂਕਿ ਜਦੋਂ ਇਹ ਇਲੈਕਟ੍ਰੋਲਾਈਟ ਘਟਣ ਲੱਗਦੇ ਨੇ ਬੋਡੀ ਦੇ ਵਿੱਚ ਤਾਂ ਬੋਡੀ ਇੱਕਦਮ ਬਹੁਤ ਜ਼ਿਆਦਾ ਵੀਕ ਹੋ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ, ਸਰੀਰ ਵਿੱਚ ਚੱਲਣ ਫਿਰਨ ਦੀ, ਉੱਠਣ ਦੀ ਤਾਕਤ ਵੀ ਨਹੀਂ ਰਹਿੰਦੀ ਹੈ ਜਦੋਂ ਲਗਾਤਾਰ ਸਾਡੀ ਬੋਡੀ ਵਿੱਚੋਂ ਪਾਣੀ ਦਾ ਲੋਸ ਹੋ ਰਿਹਾ ਹੁੰਦਾ ਹੈ। ਸੋ ਜਦੋਂ ਦਸਤ ਹੁੰਦੇ ਹੈ, ਲੂਜ਼ ਮੋਸ਼ਨ ਹੁੰਦੇ ਹੈ, ਉਲਟੀ ਹੋ ਰਹੀ ਹੁੰਦੀ ਹੈ ਤਾਂ ਪਾਣੀ ਬਹੁਤ ਜ਼ਿਆਦਾ ਸਾਡੀ ਬੋਡੀ ਤੋਂ ਬਾਹਰ ਆ ਰਿਹਾ ਹੁੰਦਾ ਹੈ, ਪਹਿਲਾਂ ਗਰਮੀ ਕਰਕੇ, ਪਸੀਨੇ ਕਰਕੇ ਵੀ ਬਾਹਰ ਪਾਣੀ ਦਾ ਲੋਸ ਹੋ ਚੁੱਕਿਆ ਹੁੰਦਾ ਹੈ, ਤਾਂ ਅਜਿਹੇ ਵਿੱਚ ਕਈ ਤਰ੍ਹਾਂ ਦੇ ਇਲੈਕਟ੍ਰੋਲਾਈਟ ਦੀ ਵੀ ਕਮੀ ਸਾਡੀ ਬੋਡੀ ਵਿੱਚ ਹੋਣ ਲੱਗਦੀ ਹੈ। ਸੋ ਜਿਸ ਨੂੰ ਇਹ ਪ੍ਰੋਬਲਮ ਹੋ ਗਈ ਹੈ ਡਾਇਰੀਆ ਦੀ, ਤਾਂ ਉਹਨਾਂ ਨੂੰ ਜ਼ਰੂਰ ਜੋ ਹੈ ਦਿਨ ਦੇ ਵਿੱਚ 3-4 ਵਾਰ ਥੋੜੀ ਥੋੜੀ ਦੇਰ ਬਾਅਦ ਇਹ ਨਿੰਬੂ ਪਾਣੀ ਦਾ, ਸੋਰੀ ਮਾਫ ਕਰਨਾ, ਜਿਹੜਾ ਇਹ ਆਪਾਂ ਗੱਲ ਕਰ ਰਹੇ ਹਾਂ ਚੀਨੀ ਔਰ ਨਮਕ ਦਾ ਜਿਹੜਾ ਘੋਲ ਹੈ ਇਹ ਜ਼ਰੂਰ ਪਿਲਾਉਂਦੇ ਰਹਿਣਾ ਚਾਹੀਦਾ, ਜਾਂ ਫਿਰ ਬਾਜ਼ਾਰ 'ਚੋਂ ORS ਘੋਲ ਜਿਹੜਾ ਮਿਲ ਜਾਂਦਾ ਹੈ ਪਾਣੀ ਵਿੱਚ ਮਿਲਾ ਕੇ ਤੁਸੀਂ ਉਹ ਬੋਤਲ ਤਿਆਰ ਕਰਕੇ ਰੱਖ ਸਕਦੇ ਹੋ, ਥੋੜੀ ਥੋੜੀ ਦੇਰ ਬਾਅਦ ਜ਼ਰੂਰ ਇਹ ਪਿਲਾਉਂਦੇ ਰਹੋ। ਔਰ ਕਿਉਂਕਿ ਕਈ ਵਾਰੀ ਨੋਰਮਲ ਜਿਹੜਾ ਪਾਣੀ ਹੁੰਦਾ ਹੈ ਉਹ ਪੀਣ ਨੂੰ ਜੀ ਹੀ ਨਹੀਂ ਕਰਦਾ ਜਿਸ ਨੂੰ ਇਹ ਪ੍ਰੋਬਲਮ ਹੋ ਰਹੀ ਹੁੰਦੀ ਹੈ, ਤਾਂ ਉੱਥੇ ਜਿਹੜਾ ਆਪਾਂ ਗੱਲ ਕੀਤੀ ਹੈ ਨਮਕ ਔਰ ਚੀਨੀ ਦਾ ਘੋਲ ਹੈ ਇਹ ਕਿਤੇ ਨਾ ਕਿਤੇ ਪੀਣ ਨੂੰ ਠੀਕ ਵੀ ਲੱਗਦਾ ਹੈ ਔਰ ਬੋਡੀ ਦੇ ਇਲੈਕਟ੍ਰੋਲਾਈਟਸ ਵੀ ਜਿਹੜੇ ਹੈ ਸਹੀ ਬਣੇ ਰਹਿੰਦੇ ਹੈ। ਕੇਲਾ ਜਿਹੜਾ ਪੱਕਿਆ ਹੋਇਆ ਕੇਲਾ ਹੈ ਉਹ ਵੀ ਮਰੀਜ਼ ਨੂੰ ਖਿਲਾਇਆ ਜਾ ਸਕਦਾ ਹੈ, ਕਿਉਂਕਿ ਪੱਕਿਆ ਹੋਇਆ ਕੇਲਾ ਜਿਹੜਾ ਹੁੰਦਾ ਇਸ ਵਿੱਚ
ਫਾਈਬਰ ਵੀ ਤੁਹਾਨੂੰ ਚੰਗੀ ਮਾਤਰਾ ਵਿੱਚ ਮਿਲ ਰਿਹਾ ਔਰ ਕਈ ਤਰ੍ਹਾਂ ਦੇ ਨਿਊਟ੍ਰੀਸ਼ਨ ਵੀ ਮਿਲ ਰਹੇ ਨੇ। ਦੇਖੋ ਜਦੋਂ ਡਾਇਰੀਆ ਦੀ ਪ੍ਰੋਬਲਮ ਹੁੰਦੀ ਹੈ ਤਾਂ ਦੋ ਚੀਜ਼ਾਂ ਤੇ ਫੋਕਸ ਜ਼ਰੂਰ ਕਰਨਾ ਹੁੰਦਾ ਹੈ ਕਿ ਇੱਕ ਤਾਂ ਤੁਹਾਡੇ ਇਲੈਕਟ੍ਰੋਲਾਈਟਸ ਦੀ ਕਮੀ ਨਾ ਹੋਵੇ, ਤੁਹਾਡੇ ਅੰਦਰ ਪਾਣੀ ਦੀ ਕਮੀ ਨਾ ਹੋਵੇ, ਔਰ ਅਗਰ ਅਗਲੀ ਵੀ ਮੈਂ ਗੱਲ ਕਰਾਂ ਤਾਂ ਸਾਡੀ ਬਾਡੀ ਵਿੱਚ ਨਿਊਟ੍ਰੀਸ਼ਨ ਵੀ ਇਸ ਤਰੀਕੇ ਨਾਲ ਜਾਣ ਜੋ ਕਿ ਹਲਕੇ ਭੋਜਨ ਦੇ ਰੂਪ ਵਿੱਚ ਹੋਣ, ਬਾਡੀ ਨੂੰ ਹਰ ਤਰ੍ਹਾਂ ਦਾ ਨਿਊਟ੍ਰੀਸ਼ਨ ਵੀ ਮਿਲ ਜਾਏ, ਵੀਕਨੈਸ ਨਾ ਆਵੇ। ਸੋ ਕੇਲਾ ਜੋ ਹੈ ਆਪਣੇ ਆਪ ਦੇ ਵਿੱਚ ਪ੍ਰੋਪਰ ਫੂਡ ਹੈ ਜੋ ਤੁਹਾਨੂੰ ਕਈ ਤਰ੍ਹਾਂ ਦੇ ਵਿਟਾਮਿਨਸ ਔਰ ਮਿਨਰਲਸ ਜੋ ਹੈ ਦੇ ਰਿਹਾ। ਪਰ ਇੱਥੇ ਧਿਆਨ ਤੁਸੀਂ ਇਹ ਜ਼ਰੂਰ ਦੇਣਾ ਕਿ ਕੇਲਾ ਪੱਕਿਆ ਹੋਣਾ ਚਾਹੀਦਾ ਹੈ, ਕੱਚਾ ਕੇਲਾ, ਹਰਾ ਕੇਲਾ ਨਹੀਂ ਖਾਣਾ। ਅਜਿਹਾ ਕਰਨ ਦੇ ਨਾਲ ਤਕਲੀਫ ਜਿਹੜੀ ਹੈ ਹੋਰ ਜ਼ਿਆਦਾ ਵੱਧ ਸਕਦੀ ਹੈ। ਸੋ ਪੂਰੀ ਤਰ੍ਹਾਂ ਪੱਕਿਆ ਕੇਲਾ ਹੀ ਥੋੜਾ ਥੋੜਾ ਕਰਕੇ ਖਵਾ ਸਕਦੇ ਹੋ ਤੁਸੀਂ ਜਿਸ ਨੂੰ ਡਾਇਰੀਆ ਦੀ ਪ੍ਰੋਬਲਮ ਹੋ ਚੁੱਕੀ ਹੈ। ਸੋ ਚਾਹੇ ਆਪਾਂ ਖਿਚੜੀ ਦੀ ਵੀ ਗੱਲ ਕੀਤੀ ਹੈ, ਪੇਟ ਭਰ ਕੇ ਇੱਕਦਮ ਬਹੁਤ ਜ਼ਿਆਦਾ ਨਹੀਂ, ਥੋੜੀ ਥੋੜੀ ਚੀਜ਼ ਖਾਣੀ ਹੈ ਤਾਂ ਕਿ ਨਾਲ ਦੀ ਨਾਲ ਡਾਈਜੈਸਟ ਵੀ ਸਭ ਕੁਝ ਜ਼ਰੂਰ ਹੁੰਦਾ ਰਹੇ। ਅਗਲੀ ਆਪਾਂ ਗੱਲ ਕਰੀਏ ਤਾਂ ਦਹੀਂ ਅਤੇ ਜੀਰਾ। ਦਹੀਂ ਦੇਖੋ ਬਹੁਤ ਜ਼ਰੂਰੀ ਹੈ ਸਾਡੇ ਵੈਸੇ ਵੀ ਜਿਹੜਾ ਹੈਲਦੀ ਪਰਸਨ ਹੈ ਉਹਦੇ ਲਈ ਵੀ, ਕਿਉਂਕਿ ਪ੍ਰੋਬਾਇਓਟਿਕ ਹੁੰਦੇ ਆ ਇਹਦੇ ਵਿੱਚ, ਔਰ ਪ੍ਰੋਬਾਇਓਟਿਕ ਸਾਡੀ ਡਾਈਜੈਸ਼ਨ ਦੇ ਲਈ, ਗੱਟ ਹੈਲਥ ਦੇ ਲਈ ਬਹੁਤ ਜ਼ਰੂਰੀ ਹੈ। ਜਿਹੜਾ ਗੁੱਡ ਬੈਕਟੀਰੀਆ ਹੈ ਉਸਦੇ ਲਈ ਦਹੀਂ ਬਹੁਤ ਜ਼ਰੂਰੀ ਹੈ। ਗੁੱਡ ਬੈਕਟੀਰੀਆ ਵੀ ਸਾਡੇ ਅੰਦਰ ਬਣਿਆ ਰਹੇ ਤਾਂ ਕਿ ਡਾਈਜੈਸ਼ਨ ਦਾ ਪ੍ਰੋਸੈਸ ਚੰਗਾ ਬਣਿਆ ਰਹੇ। ਉਹ ਜਿੰਨੇ ਵੀ ਜਰਮਸ ਜਾਂ ਬੈਕਟੀਰੀਆ ਆਉਂਦੇ ਨੇ ਜੋ ਸਾਡੇ ਡਾਈਜੈਸ਼ਨ ਨੂੰ ਖਰਾਬ ਕਰਦੇ ਨੇ, ਤਾਂ ਉੱਥੇ ਗੁੱਡ ਬੈਕਟੀਰੀਆ ਹੀ ਉਸ ਜਰਮ ਨੂੰ ਉਸ ਬੈਕਟੀਰੀਆ ਦੇ ਨਾਲ ਲੜ ਕੇ ਬਾਡੀ ਤੋਂ ਬਾਹਰ ਕੱਢਣ ਦੀ ਤਾਕਤ ਰੱਖਦਾ ਹੈ। ਇਸ ਲਈ ਸਾਨੂੰ ਆਪਣੀ ਗੱਟ ਹੈਲਥ ਦੇ ਲਈ ਵੀ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਦਹੀਂ ਤੁਸੀਂ ਲਓ, ਇਸਦੇ ਵਿੱਚ ਭੁੰਨਿਆ ਹੋਇਆ ਜਿਹੜਾ ਜੀਰਾ ਹੁੰਦਾ ਹੈ ਇਸਨੂੰ ਪੀਸ ਕੇ ਤੁਸੀਂ ਜੀਰਾ ਪਾਊਡਰ ਬਣਾ ਕੇ ਇਸ ਉੱਪਰ ਪਾ ਕੇ ਅਗਰ ਤੁਸੀਂ ਖਾਂਦੇ ਹੋ ਤਾਂ ਇਸਦੇ ਨਾਲ, ਇਸਦੇ ਵਿੱਚ ਤੁਸੀਂ ਥੋੜਾ ਕਾਲਾ ਨਮਕ ਔਰ ਪੁਦੀਨਾ ਪਾਊਡਰ ਜਿਹੜਾ ਪੁਦੀਨੇ ਨੂੰ ਸੁਕਾ ਕੇ ਰੱਖਿਆ ਹੁੰਦਾ ਉਹ ਵੀ ਇਸਦੇ ਪਾ ਲਓ ਤਾਂ ਇੱਕ ਬਹੁਤ ਹੀ ਹਾਜ਼ਮੇਦਾਰ ਦਹੀਂ ਇਹ ਬਣਨ ਵਾਲਾ ਹੈ। ਔਰ ਇਹ ਖਾਵਾਂਗੇ ਤਾਂ ਇਸਦੇ ਨਾਲ ਵੀ ਡਾਈਜੈਸ਼ਨ ਤੁਹਾਡਾ ਸਹੀ ਹੋਣ ਵਾਲਾ ਹੈ, ਔਰ ਜਿਹੜੀ ਦਸਤ ਦੀ ਪ੍ਰੋਬਲਮ ਹੈ, ਉਲਟੀ ਦੀ ਪ੍ਰੋਬਲਮ ਹੈ, ਇਸ ਵਿੱਚ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਜਾਏਗੀ। ਸੋ ਘਰ ਦੇ ਵਿੱਚ ਕਈ ਵਾਰੀ ਟਾਈਮ ਇਸ ਤਰ੍ਹਾਂ ਦਾ ਹੁੰਦਾ ਕਿ ਡਾਕਟਰ ਕੋਲ ਜਾਣ ਦਾ ਸਮਾਂ ਨਹੀਂ ਮਿਲ ਰਿਹਾ, ਤਾਂ ਜਿਵੇਂ ਰਾਤ ਨੂੰ ਕਦੀ ਕਿਸੇ ਨੂੰ ਪ੍ਰੋਬਲਮ ਹੋ ਗਈ ਤੇ ਇਹ ਚੀਜ਼ਾਂ ਤੁਸੀਂ ਅਪਣਾ ਸਕਦੇ ਹੋ ਜਿਸ ਦੇ ਨਾਲ ਇਕਦਮ ਰਾਹਤ ਮਿਲੇਗੀ। ਔਰ ਕੋਈ ਵੀ ਹੈਵੀ ਫੂਡ ਉਸ ਟਾਈਮ ਤੇ ਨਹੀਂ ਖਾਣਾ ਹੈ, ਹਲਕੀਆਂ ਚੀਜ਼ਾਂ ਹੈ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਚੀਜ਼ਾਂ ਤੁਸੀਂ ਖਾ ਸਕਦੇ ਹੋ। ਅੱਗੇ ਗੱਲ ਕਰੀਏ ਤਾਂ ਨਿੰਬੂ ਪਾਣੀ, ਨਿੰਬੂ ਪਾਣੀ ਵੀ ਆਪਣੇ ਆਪ ਵਿੱਚ ਬਹੁਤ ਸਾਰੇ ਫਾਇਦੇ ਰੱਖਣਾ ਹੈ। ਗਰਮੀਆਂ ਵਿੱਚ ਤਾਂ ਵੈਸੇ ਵੀ ਨਿੰਬੂ ਪਾਣੀ ਦਿਨ ਵਿੱਚ 2 ਵਾਰ ਤਾਂ ਤੁਹਾਨੂੰ ਪੀ ਹੀ ਲੈਣਾ ਚਾਹੀਦਾ ਚਾਹੇ ਹੈਲਦੀ ਪਰਸਨ ਹੈ, ਤੇ ਜਦੋਂ ਆਪਾਂ ਡਾਇਰੀਆ ਦੀ ਗੱਲ ਕਰੀਏ ਉੱਥੇ ਨਿੰਬੂ ਪਾਣੀ ਬਹੁਤ ਹੀ ਵਧੀਆ ਜੋ ਹੈ ਰੋਲ ਪਲੇ ਕਰਦਾ ਹੈ। ਦੇਖੋ ਨਿੰਬੂ ਦੇ ਵਿੱਚ ਵਿਟਾਮਿਨ ਸੀ ਭਰ ਭਰ ਕੇ ਤੁਹਾਨੂੰ ਮਿਲਣ ਵਾਲਾ ਹੈ, ਔਰ ਵੈਸੇ ਵੀ ਨਿੰਬੂ ਜੋ ਹੈ ਬਾਡੀ ਨੂੰ ਠੰਡਕ ਦਿੰਦਾ ਹੈ। ਤੁਹਾਡੀ ਬਾਡੀ ਵਿੱਚ ਜਿੰਨੇ ਟੌਕਸਿਨਸ ਨੇ, ਵਿਟਾਮਿਨ ਸੀ ਉਹਨਾਂ ਨੂੰ ਬਾਡੀ ਤੋਂ ਬਾਹਰ ਕਰਦਾ ਹੈ, ਜਿੰਨੇ ਜਰਮਸ ਅਗਰ ਅਸੀਂ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਵਿਟਾਮਿਨ ਸੀ ਬਾਹਰ ਕਰਦਾ, ਐਂਟੀ ਆਕਸੀਡੈਂਟ ਹੈ। ਸੋ ਉਲਟੀ ਦੀ ਜਿਹੜੀ ਪ੍ਰੋਬਲਮ ਹੈ ਉਸਨੂੰ ਕੰਟਰੋਲ ਕਰਦਾ ਹੈ ਨਿੰਬੂ। ਸੋ ਬਾਡੀ ਨੂੰ ਹਾਈਡਰੇਟ ਰੱਖਣ ਦੇ ਵਿੱਚ ਵੀ ਮਦਦ ਕਰਦਾ ਹੈ ਨਿੰਬੂ, ਵਿਟਾਮਿਨ ਸੀ ਦੇ ਅਨੇਕਾਂ ਫਾਇਦੇ ਨੇ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ, ਵਿਟਾਮਿਨ ਸੀ ਸਾਡੀ ਬਾਡੀ ਵਿੱਚ ਜਾਣਾ ਬਹੁਤ ਜ਼ਰੂਰੀ ਹੈ, ਔਰ ਉਸਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਤੁਸੀਂ ਨਿੰਬੂ ਪਾਣੀ ਜੋ ਹੈ ਜ਼ਰੂਰ ਪੀਓ ਔਰ ਪਿਲਾਓ ਜਿਸਨੂੰ ਵੀ ਡਾਇਰੀਆ ਦੀ ਪ੍ਰੋਬਲਮ ਹੋ ਗਈ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ। ਸਭ ਤੋਂ ਜ਼ਰੂਰੀ ਜੋ ਮੈਂ ਸ਼ੁਰੂ ਵਿੱਚ ਗੱਲ ਕੀਤੀ, ਬਾਹਰ ਕਿਤੇ ਵੀ ਖਾਣਾ ਨਾ ਖਾਓ, ਅਗਰ ਖਾ ਰਹੇ ਹੋ ਚੰਗੀ ਥਾਂ ਤੇ ਖਾਓ। ਸਾਫ਼ ਸਫਾਈ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ, ਕਿਉਂਕਿ ਜਿੱਥੇ ਵੀ ਤੁਸੀਂ ਦੇਖੋਗੇ ਸਾਫ਼ ਸਫਾਈ ਨਹੀਂ ਹੈ, ਜਾਂ ਫਿਰ ਕੋਈ ਬਹੀ ਚੀਜ਼ ਤੁਸੀਂ ਪੁਰਾਣੀ ਚੀਜ਼ ਕਿਤੇ ਗਲਤੀ ਨਾਲ ਵੀ ਖਾ ਲਈ ਹੈ, ਤਾਂ ਉੱਥੇ ਜੋ ਹੈ ਡਾਇਰੀਆ ਦੀ ਪ੍ਰੋਬਲਮ, ਯਾਨੀ ਕਿ ਪੇਟ ਖਰਾਬ ਹੈ, ਲੂਜ਼ ਮੋਸ਼ਨ ਦੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਉਲਟੀਆਂ ਦੀ ਪ੍ਰੋਬਲਮ ਹੋ ਰਹੀ ਹੈ। ਸੋ ਇਹ ਪ੍ਰੋਬਲਮ ਹੋ ਸਕਦੀਆਂ ਨੇ, ਕਈ ਵਾਰੀ ਇਹ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਜਿਨ੍ਹਾਂ ਦੀ ਇਮਿਊਨਿਟੀ ਸਹੀ ਨਹੀਂ ਹੈ ਤਾਂ ਉਹਨਾਂ ਦੀ ਪ੍ਰੋਬਲਮ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਅਤੇ ਡਾਕਟਰ ਕੋਲ ਵੀ ਜਾਣਾ ਪੈਂਦਾ, ਕਈਆਂ ਨੂੰ ਐਡਮਿਟ ਵੀ ਹੋਣਾ ਪੈ ਜਾਂਦਾ। ਸੋ ਤੁਹਾਨੂੰ ਇਹ ਪ੍ਰੋਬਲਮ ਫੇਸ ਨਾ ਕਰਨੀ ਪਵੇ ਸ਼ੁਰੂ ਵਿੱਚ ਹੀ, ਜਦ ਹੀ ਤੁਹਾਨੂੰ ਇਹ ਪ੍ਰੋਬਲਮ ਥੋੜੀ ਫੀਲ ਹੋ ਰਹੀ ਹੈ, ਲੱਗ ਰਿਹਾ ਕਿ ਲੂਜ਼ ਮੋਸ਼ਨ ਦੀ ਤਰ੍ਹਾਂ ਫੀਲ ਹੋ ਰਿਹਾ, ਜਾਂ ਫਿਰ ਉਲਟੀ ਆ ਰਹੀ ਹੈ, ਜਾਂ ਉਲਟੀ ਆਉਣ ਵਰਗਾ ਫੀਲ ਹੋ ਰਿਹਾ, ਇੱਕਦਮ ਜੋ ਹੈ ਹੈਵੀ ਖਾਣਾ ਬੰਦ ਕਰ ਦਿਓ।
ਖਿਚੜੀ ਖਾਓ, ਦਹੀਂ ਦੇ ਵਿੱਚ ਜੀਰਾ ਪਾਊਡਰ, ਪੁਦੀਨਾ ਪਾਊਡਰ ਜਾਂ ਕਾਲਾ ਨਮਕ ਪਾ ਕੇ ਖਾਓ। ਇੱਕ ਦਿਨ ਜੋ ਹੈ, ਇੱਕ ਦਿਨ, ਡੇਢ ਦਿਨ, ਦੋ ਦਿਨ ਵੱਧ ਤੋਂ ਵੱਧ ਤੁਸੀਂ ਜ਼ਰੂਰ ਆਪਣਾ ਹੈਵੀ ਫੂਡ ਖਾਣਾ ਛੱਡ ਦਿਓ, ਤਾਂ ਕਿ ਤੁਹਾਡੀ ਪ੍ਰੋਬਲਮ ਜਿੱਥੇ ਮਾੜਾ ਮੋਟਾ ਤੁਹਾਨੂੰ ਫੀਲ ਹੋਣਾ ਸ਼ੁਰੂ ਹੋਇਆ ਉੱਥੇ ਹੀ ਪ੍ਰੋਬਲਮ ਖਤਮ ਹੋ ਜਾਏ ਔਰ ਅੱਗੋਂ ਇਹ ਪ੍ਰੋਬਲਮ ਹੋਰ ਜ਼ਿਆਦਾ ਬਿਲਕੁਲ ਵੀ ਨਾ ਵਧੇ। ਹਾਈਡਰੇਟ ਜ਼ਰੂਰ ਬਾਡੀ ਨੂੰ ਰੱਖਣਾ ਹੈ, ਪਾਣੀ ਲਗਾਤਾਰ ਪੀਣਾ ਹੈ। ਫੋਕਾ ਪਾਣੀ ਜਿਹੜਾ ਅਗਰ ਨਹੀਂ ਪੀਆ ਜਾ ਰਿਹਾ ਤਾਂ ਜਿਵੇਂ ਮੈਂ ਦੱਸਿਆ ਤੁਹਾਨੂੰ, ਤੁਸੀਂ ਨਿੰਬੂ ਪਾਣੀ ਜ਼ਰੂਰ ਪੀ ਲਓ ਜਾਂ ਫਿਰ ਜਿਹੜਾ ORS ਦਾ ਘੋਲ ਹੁੰਦਾ ਹੈ ਘਰੇ ਤੁਸੀਂ ਬਣਾ ਸਕਦੇ ਹੋ, ਨਮਕ ਤੇ ਚੀਨੀ ਦਾ ਘੋਲ ਤਿਆਰ ਕਰਕੇ ਰੱਖ ਸਕਦੇ ਹੋ, ਇਹ ਜ਼ਰੂਰ ਪੀਂਦੇ ਰਹੋ। ਬਾਡੀ ਵਿੱਚ ਵੀਕਨੈਸ ਨਹੀਂ ਆਏਗੀ, ਕਮਜ਼ੋਰੀ ਨਹੀਂ ਹੋਏਗੀ। ਇਹਨਾਂ ਸਭ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਵੀ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਏਗੀ। ਕਮੈਂਟ ਕਰਕੇ ਜ਼ਰੂਰ ਆਪਣੇ ਸੁਝਾਅ ਮੇਰੇ ਨਾਲ ਸਾਂਝੇ ਕਰਿਓ। ਵੀਡੀਓ ਨੂੰ ਸ਼ੇਅਰ ਕਰ ਦੇਣਾ, ਲਾਈਕ ਕਰ ਦੇਣਾ। ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਦਿਓ। ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਸਤਿ ਸ੍ਰੀ ਅਕਾਲ।